ਅਮਰੀਕਾ ਵਿੱਚ 3 ਦਿਨਾਂ ਦੀ ਹੜਤਾਲ ਤੋਂ ਬਾਅਦ ਨਿਊਯਾਰਕ ਦੇ ਦੋ ਸਭ ਤੋਂ ਵੱਡੇ ਹਸਪਤਾਲਾਂ ਵਿੱਚ 7000 ਨਰਸਾਂ ਕੰਮ ਤੇ ਵਾਪਸ ਆ ਗਈਆਂ ਨੇ ਹਾਲਾਂਕਿ ਦੇਸ਼ ਭਰ ਦੇ ਹੋਰ ਮੈਡੀਕਲ ਸਹਿਯੋਗੀਆਂ ਦਾ ਕਹਿਣਾ ਹੈ ਕਿ ਅੱਗੇ ਹੋਰ ਹੜਤਾਲਾਂ ਹੋ ਸਕਦੀਆਂ ਨੇ ਦੇਸ਼ ਭਰ ਦੇ ਹਸਪਤਾਲਾਂ ਵਿੱਚ ਸਮੱਸਿਆਵਾਂ ਵਧ ਰਹੀਆਂ ਨੇ ਕਿਉਂਕਿ ਉਹਨਾਂ ਵਿੱਚ ਕੰਮ ਕਰਨ ਵਾਲੀਆਂ ਨਰਸਾਂ ਤੇ ਮਹਾਮਾਰੀ ਦੌਰਾਨ ਸਟਾਫ ਦੀ ਘਾਟ ਕਾਰਨ ਵਧੇ ਹੋਏ ਕੰਮ ਦਾ ਬੋਝ ਹਾਵੀ ਹੈ ਲੋਰੀਓਲਾ ਯੂਨੀਵਰਸਿਟੀ ਨਿਊ ਔਰ ਲਿਓਨਸ ਦੇ ਕਾਲਜ ਆਫ ਨਰਸਿੰਗ ਐਂਡ ਹੈਲਥ ਦੇ ਦੀਨ ਮਿਸ਼ੇਲ ਕੋਲੀਅਨਸ ਨੇ ਕਿਹਾ ਕਿ ਸਟਾਫ ਦੀ ਘਾਟ ਕਰਨ ਨਰਸਾਂ ਨੂੰ ਚਿੰਤਾਜਨਕ ਤੌਰ ਤੇ ਉੱਚ ਪੱਧਰੀ ਮਰੀਜ਼ਾਂ ਨਾਲ ਜੂਝਣਾ ਪਿਆ ਕੋਲੀਅਨਸ ਨੇ ਕਿਹਾ ਕਿ ਕੋਈ ਵੀ ਥਾਂ ਅਜਿਹੀ ਨਹੀਂ ਜਿੱਥੇ ਨਰਸਾਂ ਦੀ ਕਮੀ ਨਹੀਂ ਹੈ ਉਹਨਾਂ ਦੀ ਗੈਰ ਹਾਜ਼ਰੀ ਹਰ ਪਾਸੇ ਹੈ ਯੂਨੀਅਨ ਦੇ ਨੇਤਾਵਾਂ ਦਾ ਕਹਿਣਾ ਕਿ ਹੜਤਾਲ ਨੂੰ ਖਤਮ ਕਰਨ ਲਈ ਇਹਨਾਂ ਨਰਸਾਂ ਨੂੰ ਮਾਉਂਟ ਸਿਨਾਈ ਹਸਪਤਾਲ ਅਤੇ ਮੌਂਟਿ ਪਿਯੂਰ ਮੈਡੀਕਲ ਸੈਂਟਰ ਵਿੱਚ 3 ਸਾਲਾਂ ਦੇ ਨਵੇਂ ਇਕਰਾਰਨਾਮੇ ਦੇ ਤਹਿਤ 19% ਤਨਖਾਹ ਵਿੱਚ ਵਾਅਦਾ ਮਿਲੇਗਾ ਐਨਾ ਹਸਪਤਾਲਾਂ ਵਿੱਚ 1000 ਤੋਂ ਵੱਧ ਬੈੱਡ ਨੇ ਵੀਰਵਾਰ ਨੂੰ ਖਤਮ ਹੋਣ ਵਾਲੀਆਂ ਹੜਤਾਲ ਨੇ ਨਰਸਾਂ ਅਤੇ ਉਹਨਾਂ ਦੇ ਮਾਲਕਾਂ ਵਿਚਕਾਰ ਤਾਜ਼ਾ ਝਗੜਾ ਛੇੜ ਦਿੱਤਾ ਹੈ ਬਿਊਰੋ ਆਫ ਲੇਬਰ ਐਂਡ ਸਟੈਟਿਸਟਿਕਸ ਦੇ ਅਨੁਸਾਰ ਪਿਛਲੇ ਸਾਲ ਕੁੱਲ 32000 ਨਰਸਾਂ ਦੀ ਨੁਮਾਇੰਦਗੀ ਕਰਨ ਵਾਲੀਆਂ 6 ਯੂਨੀਅਨਾਂ ਨੇ ਦੇਸ਼ ਭਰ ਦੇ ਹਸਪਤਾਲਾਂ ਦੇ ਬਾਹਰ ਹੜਤਾਲਾਂ ਸ਼ੁਰੂ ਕੀਤੀਆਂ ਉਹ ਹੜਤਾਲ ਪਿਛਲੇ ਸਾਲ ਅਮਰੀਕਾ ਵਿੱਚ ਹੋਈਆਂ ਸਾਰੀਆਂ ਵੱਡੀਆਂ ਹੜਤਾਲਾਂ ਦੇ ਲਗਭਗ 1/4 ਨੂੰ ਦਰਸਾਉਂਦੀ ਸੀ ਅਤੇ ਇਹ ਗਿਣਤੀ ਪਿਛਲੇ ਸਾਲ ਨਾਲੋਂ ਵੱਧ ਸੀ